ਲੋ ਜੀ ਦੋਸਤੋ ਲੈ ਕੇ ਆ ਚੁੱਕੇ ਹਾਂ ਕਲਾਸ 11ਵੀਂ ਦੇ ਇਲੈਕਟਿਵ ਪੰਜਾਬੀ ਦਾ ਪੇਪਰ ਦਾ ਫੁੱਲ ਸੋਲੂਸ਼ਨ ਸਤੰਬਰ 2023 ਦੇ ਪੇਪਰ ਦਾ ਤਾਂ ਦੇਖ ਸਕਦੇ ਹੋ ਕਲਾਸ 3+1 ਯਾਨੀ ਕਿ 11ਵੀਂ ਕਲਾਸ +1 ਦਾ ਸਤੰਬਰ 2023 ਦਾ ਚੋਣਵੀ ਪੰਜਾਬੀ ਯਾਨੀ ਕਿ ਇਲੈਕਟਿਵ ਪੰਜਾਬੀ ਦਾ ਪੇਪਰ ਤਾਂ ਫੁੱਲ ਸੋਲੂਸ਼ਨ ਕਰ ਲਿਆ ਵਾ ਸੀ ਹੁਣ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਕਰਾ ਦਿੰਨੇ ਆ ਤਾਂ ਦੇਖ ਲਓ 80 ਨੰਬਰ ਦਾ ਇਹ ਪੇਪਰ ਆਏਗਾ ਤੁਹਾਨੂੰ 3 ਘੰਟੇ ਦਾ ਸਮਾਂ ਮਿਲੇਗਾ 11ਵੀਂ ਕਲਾਸ ਦਾ ਸਤੰਬਰ 2023 ਦਾ ਚੋਣਵੀ ਪੰਜਾਬੀ ਦਾ ਪੇਪਰ ਯਾਨੀ ਕਿ ਇਲੈਕਟਿਵ ਪੰਜਾਬੀ ਦਾ ਪੇਪਰ ਤਾਂ ਸਭ ਤੋਂ ਪ ਉੜਾ ਦੇਖ ਲੈਨੇ ਆ ਪਹਿਲਾ ਪ੍ਰਸ਼ਨ ਸੁੰਦਰ ਲਿਖਾਈ ਦਾ 5 ਅੰਕ ਮਿਲਣਗੇ ਦੂਸਰਾ ਪ੍ਰਸ਼ਨ ਵਸਤੂ ਨਿਸ਼ਪਰਸ਼ਾ ਪਹਿਲਾ ਪ੍ਰਸ਼ਨ ਦੇਖੋ ਇਹਦੇ ਵਿੱਚ ਕੀ ਹੈ ਪਿੰਜਰੇ ਪਿਆ ਪੰਛੀ ਕਵਿਤਾ ਦਾ ਕਵੀ ਕੌਣ ਹੈ ਤਾਂ ਇਹਦਾ ਆਨਸਰ ਤੁਸੀਂ ਨੋਟ ਕਰ ਸਕਦੇ ਹੋ ਆ ਰਿਹਾ ਹੈ ਇਹਦਾ ਫੁੱਲ ਸੋਲੂਸ਼ਨ ਸਾਡੇ ਕੋਲ ਤਾਂ ਪਹਿਲੇ ਆਨਸਰ ਜਿਹੜਾ ਹੈਗਾ ਪ੍ਰਸ਼ਨ ਦਾ ਆਨਸਰ ਹੈ ਭਾਈ ਵੀਰ ਸਿੰਘ ਜੀ ਠੀਕ ਹੈ ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ ਦੂਸਰਾ ਪ੍ਰਸ਼ਨ ਫਿਰੋਜ਼ੀ ਦਿਨ ਸ਼ਰਫ ਦੀ ਕਵਿਤਾ ਦਾ ਨਾਂ ਲਿਖੋ ਤਾਂ ਉਹਦਾ ਹੈ ਆਪਣਾ ਮੈਂ ਪੰਜਾਬੀ ਮੈਂ ਪੰਜਾਬੀ ਜਿਹੜੀ ਕਵਿਤਾ ਵਾ ਉਹ ਕੀਦੀ ਹੈ ਫਿਰੋਜ਼ ਦਿਨ ਸ਼ਰਫ ਦੀ ਕਵਿਤਾ ਹੈਗੀ ਹੈ ਤੀਸਰਾ ਪ੍ਰਸ਼ਨ ਅਮਰੀਕਨ ਸਭਿਤਾ ਕਿਹੜੀ ਸਭਿਤਾ ਦਾ ਅੰਗ ਹੈ ਤਾਂ ਇਹਦਾ ਆਨਸਰ ਹੈ ਦੇਖ ਲਓ ਪੱਛਮੀ ਸਭਿਤਾ ਦਾ ਅੰਗ ਹੈ ਅਗਲਾ ਪ੍ਰਸ਼ਨ ਧੂਏਦਾਰ ਲਿਫਾਫਾ ਕਿਸ ਨੂੰ ਕਿਹਾ ਗਿਆ ਹੈ ਤਾਂ ਧੂਏਦਾਰ ਲਿਫਾਫਾ ਜਿਹੜਾ ਹੈਗਾ ਵਾ ਲੰਡਨ ਨੂੰ ਕਿਹਾ ਗਿਆ ਹੈ ਅਗਲਾ ਪ੍ਰਸ਼ਨ ਦੇਖੋ ਕੀ ਇੱਥੇ ਹੁਣ ਆਪਣਾ ਕੀ ਪੰਜਾਬ ਦੇ ਲੋਕਾਂ ਦੀ ਭਾਸ਼ਾ ਕਿਹੜੀ ਹੈ ਤਾਂ ਪੰਜਾਬ ਦੇ ਲੋਕਾਂ ਦੀ ਭਾਸ਼ਾ ਜਿਹੜੀ ਹੈਗੀ ਆ ਉਹ ਪੰਜਾਬੀ ਹੈ ਅੱਗੇ ਹੈ ਆਪਣਾ ਪ੍ਰਸ਼ਨ ਦੇਖੋ ਹੁਣ ਅਗਲਾ ਸਹੀ ਉੱਤਰ ਦੀ ਚੋਣ ਕਰੋ ਤਾਂ ਦੇਖੋ ਲੱਸੀ ਦੀਆਂ ਚਾਟੀਆਂ ਉੱਪਰ ਕੀ ਤਰਦਾ ਹੈ ਤਾਂ ਲੱਸੀ ਦੀਆਂ ਚਾਟੀਆਂ ਉੱਪਰ ਜਿਹੜਾ ਹੈ ਉਹ ਮੱਖਣ ਤੈਰਦਾ ਹੈ ਮੱਖਣ ਆਨਸਰ ਤੁਸੀਂ ਇਹ ਲਾ ਲੈਣਾ ਬਟ ਇੱਕ ਤੁਹਾਡੀ ਪਾਠ ਪੁਸਤਕ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਿਹੜੀ ਕਵਿਤਾ ਦਰਜ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਵਿਤਾ ਹੈ ਉਹ ਹੈ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਦੇਸ ਨੂੰ ਅਸੀਂ ਸਾਡੀ ਗਰੀਬਾਂ ਦੀ ਤਾਂ ਇਹਦਾ ਆਨਸਰ ਆਏਗਾ ਚੌਥਾ ਆਨਸਰ ਚੌਥਾ অপਸ਼ਨ ਦੇਸ ਨੂੰ ਅਸੀਂ ਸਾਡੀ ਗਰੀਬਾਂ ਦੀ ਤੀਸਰਾ ਪ੍ਰਸ਼ਨ ਲੰਡਨ ਦੇ ਲੋਕਾਂ ਦਾ ਧਰਮ ਕੀ ਹੈ ਤਾਂ ਲੰਡਨ ਦੇ ਲੋਕਾਂ ਦਾ ਧਰਮ ਜਿਹੜਾ ਹੈਗਾ ਖਾਣਾ ਪੀਣਾ ਤੇ ਖੁਸ਼ ਰਹਿਣਾ ਹੈ ਤਾਂ ਇਹ ਤੁਸੀਂ ਜਿਹੜਾ ਹੈਗਾ ਪਹਿਲਾ অপਸ਼ਨ ਟਿਕ ਲਾ ਲੈਣਾ ਵਾ ਅੱਗੇ ਹੈ ਆਪਣਾ ਚੌਥਾ ਪ੍ਰਸ਼ਨ ਹਰਮੰਦਰ ਸਾਹਿਬ ਦੀ ਨੀ ਪੱਥਰ ਕਿਸ ਨੇ ਰੱਖਿਆ ਸੀ ਤਾਂ ਇਹਦਾ ਆਨਸਰ ਆਏਗਾ ਸਾਈ ਮੀਆਂ ਮੀਰ ਜੀ ਨੇ ਤਾਂ ਇਹਦਾ ਆਨਸਰ ਜਿਹੜਾ ਹੈਗਾ ਤੁਸੀਂ ਦੂਸਰਾ ਯਾਨਕਿ ਸਾਈ ਮੀਆਂ ਮੀਰ ਜੀ ਨੇ ਰੱਖਿਆ ਸੀਗਾ ਅੱਗੇ ਹੈ ਪੰਜਵਾਂ ਪ੍ਰਸ਼ਨ ਸਵੇਰੇ ਦਾ ਜਿਹੜਾ ਹੈਗਾ ਵਾ ਮਲਬਈ ਉਪਪਾਸ਼ਾਈ ਰੂਪ ਕੀ ਹੈ ਸਵੇਰੇ ਦਾ ਤਾਂ ਇਸ ਨੂੰ ਜਿਹੜਾ ਹੈਗਾ ਵਾ ਮਲਬਈ ਪਸ਼ਾਈ ਰੂਪੇ ਦਾ ਹੈਗਾ ਵਾ ਸਦੇਹਾ ਸਦੇਹਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੇਖ ਲਓ ਸਦੇਹਾ ਹੈਗਾ ਵਾ ਬਿਲਕੁਲ ਹਾਂਜੀ ਆੜਾ ਦੂਸਰਾ ਆਪਸ਼ਨ ਹੈਗਾ ਵਾ ਸਹੀ ਜਾਂ ਗਲਤ ਦੀ ਚੋਣ ਕਰੋ ਤਾਂ ਹੁਣ ਸਹੀ ਜਾਂ ਗਲਤ ਨੇ ਤਾਂ ਦੁੱਖ ਪਹਿਲਾ ਪ੍ਰਸ਼ਨ ਇਹਦੇ ਵਿੱਚ ਕੀ ਹੈ ਨਵ ਜਮੀਤੀ ਨੂੰ ਪਰਾਇਤਨ ਉਸ ਦਾ ਦਾਦਾ ਆਖਦਾ ਹੈ ਸਹੀ ਜਾਂ ਗਲਤ ਤਾਂ ਇਹਦਾ ਆਨਸਰ ਜਿਹੜਾ ਹੈਗਾ ਵਾ ਗਲਤ ਹੈ ਕਿਉਂਕਿ ਦਾਦਾ ਨਹੀਂ ਦਾਦੀ ਆਖਦੀ ਹੈ ਠੀਕ ਹੈ ਅਗਲਾ ਆਪਣਾ ਪ੍ਰਸ਼ਨ ਕੀ ਹੈ ਮਲਾਈਆ ਦੇ ਜੰਗਲਾਂ ਵਿੱਚ ਪੰਜ ਜਾਤੀਆਂ ਦੇ ਲੋਕ ਰਹਿੰਦੇ ਹਨ ਤਾਂ ਇਹਦਾ ਆਨਸਰ ਹੈ ਗਲਤ ਕਿਉਂਕਿ ਦੋਸਤੋ ਪੰਜ ਜਾਤੀਆਂ ਨਹੀਂ ਇਹ ਜਿਹੜਾ ਹੈਗਾ ਵਾ ਤਿੰਨ ਜਾਤੀਆਂ ਦੇ ਲੋਕ ਰਹਿੰਦੇ ਹਨ ਅਗਲਾ ਆਪਣਾ ਪ੍ਰਸ਼ਨ 12 ਮਾ ਕਵਿਤਾ ਨੂੰ 12 ਮਹੀਨਿਆਂ ਨੂੰ ਆਧਾਰ ਬਣਾਇਆ ਗਿਆ ਹੈ ਤਾਂ ਬਿਲਕੁਲ ਇਹ ਜਿਹੜਾ ਹੈਗਾ ਸਹੀ ਹੈ 12 ਮਹੀਨਿਆਂ ਨੂੰ ਆਧਾਰ ਬਣਾਇਆ ਗਿਆ ਹੈ ਅਗਲਾ ਆਪਣਾ ਪ੍ਰਸ਼ਨ ਦੇਖੋ ਕੀ ਹੈ ਇੰਗਲੈਂਡ ਵਿੱਚ ਤਿੰਨ ਡਬਲ ਬੜੇ ਹੀ ਬੇ ਇਤ ਜਿਹੜੇ ਹੈਗੇ ਇਤਿਬਾਰੇ ਮੰਨੇ ਜਾਂਦੇ ਹਨ ਤਾਂ ਬਿਲਕੁਲ ਹਾਂਜੀ ਦੋਸਤੋ ਬਿਲਕੁਲ ਇਹ ਤੁਹਾਡਾ ਸਹੀ ਹੈ ਅਗਲਾ ਆਪਣਾ ਪ੍ਰਸ਼ਨ ਪਿੰਡ ਨੂੰ ਪੋਟੋਹਾਰੀ ਉਪਭਾਸ਼ਾ ਵਿੱਚ ਗੜਾ ਕਿਹਾ ਜਾਂਦਾ ਹੈ ਤਾਂ ਬਿਲਕੁਲ ਜੀ ਬਿਲਕੁਲ ਗੜਾ ਕਿਹਾ ਜਾਂਦਾ ਹੈ ਸਹੀ ਹੈ ਤੁਹਾਡਾ ਇਹ ਅੱਗੇ ਹੈ ਆਪਣਾ ਪ੍ਰਸ਼ਨ ਖਾਲੀ ਥਾਂਵਾਂ ਪਰੋ ਤਾਂ ਦੇਖੋ ਕਮਿਆਂ ਦੇ ਵੇੜੇ ਵਿੱਚ ਡੈਸ਼ ਮਗਦਾ ਰਹਿਣਾ ਚਾਹੀਦਾ ਹੈ ਤਾਂ ਕੀ ਮਗਦਾ ਰਹਿਣਾ ਚਾਹੀਦਾ ਹੈ ਸੂਰਜ ਮਗਦਾ ਰਹਿਣਾ ਚਾਹੀਦਾ ਹੈ ਅੱਗੇ ਹੈ ਆਪਣਾ ਬਸਨ ਤੇਰੇ ਮਹਿਲ ਤੇ ਡੈਸ਼ ਤਾਂ ਇੱਥੇ ਜਿਹੜਾ ਹੈਗਾ ਵਾ ਆ ਜਾਏਗਾ ਮਾੜਿਆ ਮਾੜਿਆ ਆ ਜਾਏਗਾ ਯਾਨੀ ਕਿ ਬਸਨ ਤੇਰੇ ਮਹਿਲ ਤੇ ਮਾੜਿਆ ਡੈਸ਼ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਤਾਂ ਇੱਥੇ ਜਿਹੜਾ ਹੈਗਾ ਵਾ ਕੀ ਆ ਜਾਏਗਾ ਵੈਰੀ ਨਾਗ ਵੈਰੀ ਨਾਗ ਇੱਥੇ ਜਿਹੜਾ ਤੁਸੀਂ ਆਨਸਰ ਲਿਖਣਾ ਵਾ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਅੱਗੇ ਬਲਰਾਜ ਸਹਾਣੀ ਨੇ ਡੈਸ਼ ਸਫਰਨਾਮਾ ਅੰਸ਼ ਲਿਖਿਆ ਹੈ ਤਾਂ ਇਹਦਾ ਆਨਸਰ ਹੈ ਜਿਹੜਾ ਮੇਰੀ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਇਹ ਤੁਹਾਡਾ ਆਨਸਰ ਆ ਜਾਏਗਾ ਕੋਈ ਵੀ ਇੱਕ ਲਿਖਦੇ ਹੋ ਅੱਗੇ ਆਪਣਾ ਭਾਉ ਮਾਜੀ ਸ਼ਬਦ ਸ਼ਬਦਾਵਲੀ ਦਾ ਟਕਸਾਲੀ ਰੂਪ ਡੈਸ਼ ਹੈ ਤਾਂ ਇਹਦਾ ਆਨਸਰ ਹੈਗਾ ਬਾ ਆਪਣਾ ਭਾਈ ਭਾਈ ਭਾਉ ਦਾ ਆ ਜਾਏਗਾ ਆਪਣਾ ਭਾਈ ਅੱਗੇ ਆਪਣਾ ਕਿਸੇ ਇੱਕ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਤਾਂ ਆਹ ਵਾਲਾ ਜਿਹੜਾ ਹੈਗਾ ਸਾਨੂੰ ਲੱਭਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਪਰ ਇਹ ਸਾਨੂੰ ਨਹੀਂ ਮਿਲਿਆ ਇਹ ਤੁਸੀਂ ਆਪਣੇ ਜਿਹੜਾ ਹੈਗਾ ਵਾ ਗਾਈਡ ਜਾਂ ਬੁੱਕ ਜਾਂ ਕਾਪੀ ਤੋਂ ਕਰ ਲੈਣਾ ਵਾ ਇਹਦੇ ਨਾਲ ਜਿਹੜਾ ਹੈਗਾ ਵਾ ਇਹ ਜ਼ਾਲਮ ਨੂਰੰਗ ਸੋਹਣਾ ਲੱਗੇ ਮਿੱਠੀ ਲੱਗਣੀ ਬਾਣੀ ਠੀਕ ਹੈ ਮਿੱਠੀ ਲੱਗੀ ਬਾਣੀ ਤਾਂ ਇਹ ਵਾਲਾ ਸੀ ਜਿਹੜਾ ਹੈਗਾ ਲੱਭ ਲਿਆ ਵਾ ਇਹ ਲੱਭ ਗਿਆ ਸੀ ਸਾਨੂੰ ਆ ਦੇਖੋ ਜ਼ਾਲਮ ਨੂਰੰਗ ਸੋਹਣਾ ਲੱਗੇ ਮਿੱਠੀ ਲੱਗੀ ਬਾਣੀ ਤਾਂ ਦੇਖੋ ਦੋਸਤੋ ਇਹਦਾ ਪ੍ਰਸੰਗ ਤੇ ਵਿਆਖਿਆ ਦੇਣੀ ਆਪਾਂ ਇੱਥੇ ਵੀ ਆਹੀ ਲਿਖਿਆ ਹੈ ਵਾ ਕਿ ਜਿਹੜਾ ਹੈਗਾ ਕੱਬ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਤਾਂ ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਦੇਖਦੇ ਹਾਂ ਤਾਂ ਦੇਖੋ ਪ੍ਰਸੰਗ ਕੀ ਹੈ ਦਾ ਇਹ ਕੱਬ ਟੋਟਾ ਆਧੁਨਿਕ ਪੰਜਾਬੀ ਕਵੀ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਦੀ ਜਿਹੜੀ ਹੈਗੀ ਆ ਕਵਿਤਾ ਪਿਜੇ ਪਿੰਜਰੇ ਪਿਆ ਪੰਛੀ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਜਿਹੜੀ ਹੈਗੀ ਆ ਸਲਾਹ ਹੂਤਾ ਕਰਨ ਵਾਲੇ ਮਨੁੱਖ ਨਾਲ ਦੋ ਚਾਰ ਖਰੀਆਂ ਖਰੀਆਂ ਗੱਲਾਂ ਕਰਦਾ ਹੈ ਜਿਸ ਨੇ ਉਸ ਜਿਹੜਾ ਹੈਗਾ ਉਡਣ ਹਾਰੇ ਨੂੰ ਪੰਛੀ ਨੂੰ ਜਿਹੜਾ ਹੈਗਾ ਕੈਦ ਕਰ ਲਿਆ ਸੀ ਵਿਆਖਿਆ ਦੇਖੋ ਕੀ ਹੈ ਪਿੰਜਰੇ ਪਿਆ ਪੰਛੀ ਬੜੇ ਦੁੱਖ ਨਾਲ ਕਹਿੰਦਾ ਹੈ ਕਿ ਜਿਸ ਨੇ ਉਸ ਨੂੰ ਪਿੰਜਰੇ ਵਿੱਚ ਪਾਇਆ ਹੈ ਉਸ ਜਾਲਮ ਨੂੰ ਮੇਰਾ ਰੰਗ ਸੋਨਾ ਲੱਗਾ ਮੇਰੀ ਆਵਾਜ਼ ਮਿੱਠੀ ਤੇ ਪਿਆਰੀ ਲੱਗੀ ਪਰ ਇਸ ਨੇ ਮੇਰੇ ਗੁਣਾ ਦੀ ਇਹ ਕਦਰ ਕੀਤੀ ਕਿ ਲੁੱਕ ਕੇ ਜਾਲ ਜਿਹੜਾ ਹੈਗਾ ਲੁੱਕ ਕੇ ਜਾਲ ਲਾ ਲਿਆ ਤੇ ਮੈਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ ਇਸ ਪ੍ਰਕਾਰ ਅਤੇ ਇਸਨੇ ਮੈਨੂੰ ਜਿਹੜਾ ਹੈਗਾ ਵਾ ਮੇਰੇ ਸਾਕ ਸੰਬੰਧੀਆਂ ਨਾਲੋਂ ਵਿਛੋੜਾ ਦੇ ਦਿੰਦਾ ਹੈ ਮਨੁੱਖ ਜਿਹੜੀ ਤੂੰ ਮੇਰੀ ਇਸ ਰਤਾ ਦੀ ਕਦਰ ਕੀਤੀ ਹੈ ਇਹ ਪੱਠੀ ਵਿੱਚ ਪਵੇ ਮੈਨੂੰ ਅਜਿਹੀ ਕਦਰ ਦੀ ਜਰੂਰਤ ਨਹੀਂ ਹੈ ਮੈਨੂੰ ਅਜਿਹੀ ਗੁਲਾਮੀ ਵਿੱਚ ਜਿਹੜਾ ਹੈਗਾ ਵਾ ਪਾਉਣ ਵਾਲੀ ਯਾਰ ਦੀ ਵੀ ਲੋੜ ਨਹੀਂ ਹੈ ਤੇਰੀ ਇਹ ਯਾਰੀ ਖੇ ਵਿੱਚ ਰਲ ਜਾਵੇ ਤਾਂ ਇਹ ਤੁਹਾਡਾ ਜਿਹੜਾ ਅਨਸਰ ਹੋ ਗਿਆ ਤੇ ਦੋਸਤੋ ਹੁਣ ਆਪਣਾ ਅਗਲਾ ਦੇਖੋ ਕੀ ਹੈ ਤੁਹਾਡਾ ਕਿਸੇ ਇੱਕ ਕਵਿਤਾ ਦਾ ਜਿਹੜਾ ਹੈਗਾ ਕੇਂਦਰੀ ਪੱਬਲਿਕ ਉਹ ਸਿਪਾਹੀ ਦਾ ਦਿਲ ਤੇ ਪ੍ਰੌਣੀ ਤਾਂ ਚਲੋ ਆਪਾਂ ਦੋਨੋਂ ਹੀ ਦੇਖਦੇ ਆ ਸਿਪਾਹੀ ਦਾ ਦਿਲ ਕੇਂਦਰੀ ਪੱਬਲਿਕ ਦੇਖੋ ਜੋ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਹੈ ਤਾਂ ਦੇਖੋ ਜੰਗ ਵਿੱਚ ਜਾ ਰਿਹਾ ਸਿਪਾਹੀ ਆਹ ਜਿਹੜਾ ਉਹ ਆਪਣੇ ਸੁੱਖ ਕੁਰਬਾਨ ਕਰਕੇ ਬਿਹਾਰੀਆਂ ਦਾ ਮੋਪਨ ਲਈ ਤਿਆਰ ਹੋ ਜਾਂਦਾ ਹੈ ਤੇ ਪੰਜਾਬ ਦਾ ਸਿਪਾਹੀ ਅਮਨ ਤੇ ਸ਼ਾਂਤੀ ਵਿੱਚ ਨਾਰੀ ਪਰ ਜੰਗ ਵਿੱਚ ਕਟਾਰ ਦੀ ਪੂਜਾ ਕਰਦਾ ਹੈ ਜੰਗ ਵਿੱਚ ਮਰਨ ਤੋਂ ਨਹੀਂ ਡਰਦਾ ਸਗੋਂ ਇਹ ਇੱਛਾ ਕਰਦਾ ਹੈ ਕਿ ਉਸਦੇ ਮਰਨ ਮਗਰ ਉਸਦਾ ਪੁੱਤਰ ਵੀ ਦੇਸ਼ ਲਈ ਕੁਰਬਾਨੀ ਦੇਣ ਲਈ ਨਿਤਰ ਪਵੇ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਸਿਪਾਹੀ ਦਾ ਦਿਲ ਦਾ ਕੇਂਦਰੀ ਭਾਵ ਹੋ ਗਿਆ ਅਗਲਾ ਸੀਗਾ ਤੁਹਾਡਾ ਪ੍ਰੌਣੀ ਤਾਂ ਪ੍ਰੌਣੀ ਦਾ ਕੇਂਦਰੀ ਭਾਵ ਦੇਖੋ ਕੀ ਹੈ ਜੋ ਕਿ ਅ ਅਮਿਸ਼ਾ ਦੀ ਰਚਨਾ ਵਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇਖੋ ਕੀ ਹੈ ਸਾਡੇ ਸਮਾਜ ਵਿੱਚ ਕੁੜੀ ਦੇ ਜਨਮ ਤੇ ਬਹੁਤੀ ਖੁਸ਼ੀ ਨਹੀਂ ਮਨਾਈ ਜਾਂਦੀ ਹੈ ਕਿ ਕੁੜੀ ਨੂੰ ਜਨਮ ਦੇਣ ਵਾਲੀ ਮਾਂ ਇਸ ਨੂੰ ਆਪਣੀ ਆਸ ਦੇ ਉਲਟ ਹੋਈ ਦੇਖ ਕੇ ਸ਼ਰਮਿੰਦਗੀ ਅਨੁਭਵ ਕਰਦੀ ਹੈ ਉਹਨੂੰ ਆਸ ਹੁੰਦੀ ਹੈ ਕਿ ਮੁੰਡਾ ਹੋਵੇਗਾ ਪਰ ਹੁੰਦੀ ਹੈ ਕੁੜੀ ਇਸ ਕਰਕੇ ਜਿਹੜੀ ਹੈਗੀ ਉਹ ਸ਼ਰਮਿੰਦਗੀ ਅਨੁਭਵ ਕਰਦੀ ਹੈ ਤੇ ਫਿਰ ਜਿਹੜੀ ਆਪਣੀ ਦਾਦੀ ਆ ਉਸ ਨੂੰ ਪਿਛਲੇ ਜਨਮ ਦਾ ਕੋਈ ਉਦਾਹਰਣ ਲੈਣ ਲਈ ਪਰਾਇਤਨ ਤੇ ਵਿਆਹ ਦਾ ਫਿਕਰ ਬਧਾਉਣ ਵਾਲੀ ਸਮਝ ਸਮਝਦੀ ਹੈ ਤੇ ਪਿਤਾ ਉਸ ਤੋਂ ਆਸ ਕਰਦਾ ਹੈ ਕਿ ਉਹ ਵੱਡੀ ਹੋ ਕੇ ਉਸਦੀ ਇੱਜ਼ਤ ਸੰਭਾਲੇ ਠੀਕ ਹੈ ਮਤਲਬ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਪੂਰਾ ਇਹਨਾਂ ਨੇ ਐਕਸਪਲੇਨ ਕੀਤਾ ਹੈ ਤੁਸੀਂ ਇਸ ਨੂੰ ਲਿਖ ਦੇਣਾ ਹੈ ਤੇ ਹੁਣ ਆਪਣਾ ਅਗਲਾ ਕੀ ਹੈ ਕਿ ਅਮ੍ਰਿਤਾ ਪ੍ਰੀਤਮ ਜੇ ਅਮ੍ਰਿਤਾ ਪ੍ਰੀਤਮ ਤੇ ਜੀਵਨ ਅਤੇ ਕਾਵ ਰਚਨਾ ਉਤੇ ਇੱਕ ਨੋਟ ਲਿਖੋ ਤਾਂ ਚਲੋ ਦੇਖਦੇ ਹਾਂ ਦੋਸਤੋ ਅਮ੍ਰਿਤਾ ਪ੍ਰੀਤਮ 1919 2005 ਤਾਂ ਅਮ੍ਰਿਤਾ ਪ੍ਰੀਤਮ ਨੂੰ ਔਰਤ ਦੀ ਆਵਾਜ਼ ਆਖਿਆ ਜਾਂਦਾ ਹੈ ਆਪ ਦਾ ਜਨਮ ਜਿਹੜਾ ਹੈਗਾ ਵਾ 31 ਅਗਸਤ 1919 ਈਸਵੀ ਨੂੰ ਗੁਜਰਾਵਾਲਾ ਵਿਖੇ ਕਰਤਾਰ ਸਿੰਘ ਹਿਤਕਾਰੀ ਦੇ ਘਰ ਹੋਇਆ ਆਪਦੇ ਮਾਤਾ ਪਿਤਾ ਦਾ ਦੇਹਾਂਤ ਜਿਹੜਾ ਹੈਗਾ ਜਲਦੀ ਹੋ ਗਿਆ ਪਿਤਾ ਕਰਤਾਰ ਸਿੰਘ ਨੇ ਜਿਹੜਾ ਹੈਗਾ ਵਾ ਆਪ ਦਾ ਪਾਲਣ ਪੋਸ਼ਣ ਕੀਤਾ ਉਹਨਾਂ ਨੂੰ ਸ਼ਾਇਰੀ ਦਾ ਸ਼ੌਂਕ ਹੋਣ ਕਾਰਨ ਅਮ੍ਰਿਤਾ ਤੇ ਪੀਪੇ ਪ੍ਰਭਾਪਿਆ ਉਸ ਨੇ 15-16 ਸਾਲ ਦੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਉਸ ਦੀ ਵਿਦਿਅਕ ਯੋਗਤਾ 10ਵੀਂ ਤੇ ਗਿਆਨੀ ਹੈ ਠੀਕ ਹੈ ਉਸ ਦਾ ਮੋਢਲਾ ਨਾ ਅਮ੍ਰਿਤਕੌਰ ਸੀ ਸਰਦਾਰ ਪ੍ਰੀਤਮ ਸਿੰਘ ਨਾਂ ਵਿਅਕਤੀ ਨਾਲ ਸ਼ਾਦੀ ਹੋਣ ਉਪਰੰਤ ਉਸ ਨੇ ਆਪਣੇ ਪਤੀ ਦਾ ਨਾਮ ਆਪਣੇ ਨਾਮ ਨਾਲ ਉਪਨਾਮ ਵਜੋਂ ਜੋੜ ਲਿਆ 1948 ਵਿੱਚ ਅਮ੍ਰਿਤਾ ਨੇ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਜਿਹੜਾ ਹੈਗਾ ਅਨਾਉਂਸਰ ਦੀ ਨੌਕਰੀ ਕਰ ਲਈ ਪਰ ਆਪ ਰਾਜ ਸਭਾ ਦੇ ਮੈਂਬਰ ਵੀ ਨਾਮਜ਼ਦ ਰਹੇ ਦਿੱਲੀ ਰਹਿੰਦੇ ਆ ਉਹ ਅਮਰੋਜ ਨਾਲ ਰਲ ਕੇ ਇੱਕ ਮਾਸਿਕ ਪੱਤਰ ਨਗਮਣੀ ਕੱਢਦੀ ਰਹੀ ਹੈ ਜਿਸ ਨੇ ਪੰਜਾਬੀ ਸਹਿਤਕ ਪੱਤਰਕਾਰੀ ਵਿੱਚ ਇਤਿਹਾਸ ਸਿਰਜਿਆ ਪੰਜਾਬ ਪੰਜਾਬੀ ਦੀ ਇਸ ਲੇਖਕਾ ਦਾ ਜੀਵਨ ਰੂਪੀ ਦੀਵਾ 2005 ਵਿੱਚ ਬੁਝ ਗਿਆ ਕਵ ਰਚਨਾ ਅਮ੍ਰਿਤਾ ਪ੍ਰੀਤਮ ਦੀ ਪਹਿਲੀ ਪੰਜਾਬੀ ਔਰਤ ਸਹਿਤਕਾਰ ਹੈ ਠੀਕ ਹੈ ਤੇ ਜਿਸ ਨੇ ਪੰਜਾਬੀ ਵਿੱਚ ਲੇਖਣੀ ਨੂੰ ਇੱਕ ਪੇਸ਼ੇ ਵਜੋਂ ਅਪਣਾ ਕੇ ਨਵੇਂ কীরਤਮਨ ਸਥਾਪਿਤ ਕੀਤਾ ਹੈ ਅਮ੍ਰਿਤਾ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਆਵਾਜ਼ ਆਖਿਆ ਪੰਜਾਬ ਪੰਜਾਬੀ ਸਾਹਿਤ ਪੰਜਾਬੀ ਨਾਰੀਵਾਦੀ ਸੰਵੇਦਨਾ ਨੂੰ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਉਭਾਰਨ ਵਿੱਚ ਅਮ੍ਰਿਤਾ ਪ੍ਰੀਤਮ ਦੀ ਮੋਹਰੀ ਰੋਲ ਹੈ ਉਸਨੇ ਬਹੁਤ ਹੀ ਸਾਰੀ ਰਚਨਾ ਪੰਜਾਬੀ ਸਾਹਿਤ ਨੂੰ ਦਿੱਤੀ ਅਮ੍ਰਿਤਾ ਲਹਿਰ ਜਿਉਂਦਾ ਜੀਵਨ ਕਿਤੇ ਰੇਲ ਤੋਤੇ ਫੁੱਲ ਉਹ ਗੀਤਾ ਵਾਲਿਆ ਬਦਲਾਂ ਦੇ ਪੱਲੇ ਵਿੱਚ ਪੱਲੇ ਵਿੱਚ ਲੋਕ ਪੀੜ ਪੱਥਰ ਗਿੱਟੇ ਲੰਮੀਆਂ ਵਾਟਾਂ ਮੈਂ ਤਵਾਰੀਖ ਹਾਂ ਹਿੰਦ ਦੀ ਸਰਗੀ ਵੇਲਾ ਸੁਨੇੜੇ ਅਸ਼ੋਕਾ ਚੇਤੀ ਕਸਤੂਰੀ ਨਾਗਮਣੀ ਕਾਗਜ ਤੇ ਕੈਨਵਸ ਦੇ ਪਿੱਛੇ ਆਦ ਤੋਂ ਪਿੱਛੇ ਆਦ ਤਾਂ ਕਵਿਤਾ ਤੋਂ ਬਿਨਾ ਦੋਸਤੋ ਅਮ੍ਰਿਤਾ ਨੇ ਨਾਵਲ ਕਹਾਣੀ ਦੇ ਵਰਤਕ ਵੀ ਲਿਖੀ ਉਸ ਦੀ ਪੁਸਤਕ ਸੁਨੇੜੇ ਨੂੰ ਭਾਰਤੀ ਸਹਿਤ ਅਕਾਦਮਿਕ ਪੁਰਸਕਾਰ 1956 ਮਿਲਿਆ 1982 ਕਾਗਜ਼ ਤੇ ਕੈਨਵਸ ਨੂੰ ਜਿਹੜਾ ਹੈਗਾ ਗਿਆਨਪੀਠ ਪੁਰਸਕਾਰ ਮਿਲਿਆ 2000 ਈਸਵੀ ਵਿੱਚ ਪੰਜਾਬੀ ਸ਼ਤਾਬਦੀ ਕਵੀ ਪੁਰਸਕਾਰ ਵਿੱਚ ਪੰਜਾਬੀ ਅਕਾਦਮਿਕ ਦਿੱਲੀ ਵੱਲੋਂ ਤੇ 2004 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਗਿਆ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਅਗਲਾ ਆਪਣਾ ਪ੍ਰਸ਼ਨ ਕੀ ਹੈ ਦੌਰਨਿਕ ਆਧੁਨਿਕ ਪੰਜਾਬੀ ਕਵਿਤਾ ਦੇ ਪਸਾਰ ਅਤੇ ਪ੍ਰਸਾਰ ਦੇ ਵਸਿੱਲਿਆਂ ਬਾਰੇ ਚਰਚਾ ਕਰੋ ਤਾਂ ਦੋਸਤੋ ਦੇਖੋ ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਸਾਰ ਅਤੇ ਪ੍ਰਸਾਰ ਵਸੀਲੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਕਵਿਤਾਵਾਂ ਸਮਾਜ ਦੇ ਵੱਡੇ ਹਿੱਸੇ ਨੂੰ ਸਿੱਖਣ ਅਤੇ ਸਮਝਣ ਵਿੱਚ ਮਦਦ ਕਰਦੀਆਂ ਹਨ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਵਸੀਲੀਆਂ ਦੀ ਚਰਚਾ ਤਾਂ ਦੇਖੋ ਕੀ ਹੈ ਸਭ ਤੋਂ ਪਹਿਲਾ ਪੁਆਇੰਟ ਕਵਿਤਾ ਪ੍ਰਕਾਸ਼ਿਤੀ ਆਧੁਨਿਕ ਪੰਜਾਬੀ ਕਵਿਤਾ ਨੂੰ ਪ੍ਰਕਾਸ਼ਿਤ ਕਰਨ ਲਈ ਪੰਜਾਬੀ ਸਾਹਿਤ ਮੇਲੇ ਆ ਕਵਿਤਾ ਸੰਗਠਨ ਅਤੇ ਇੰਟਰਨੈਟ ਪਲੇਟਫਾਰਮਾਂ ਵਰਤੇਦੇ ਹਨ ਇਹ ਕਵਿਤਾਵਾਂ ਪ੍ਰਕਾਸ਼ਿਤ ਹੋਣ ਦੀ ਬਜਾਏ ਬਹੁਤ ਜਾਣਕਾਰੀ ਪਰਸਨਲ ਵੈਬਸਾਈਟਸ ਸੋਸ਼ਲ ਮੀਡੀਆ ਪੇਜਾਂ ਅਤੇ ਐਪਸ ਦੀ ਮਦਦ ਨਾਲ ਵੀ ਪ੍ਰਕਾ ਵਸਿਤ ਪ੍ਰਸਾਰਿਤ ਹੋ ਸਕਦੀਆਂ ਹਨ ਦੂਸਰਾ ਹੈਗਾ ਆਪਣਾ ਸਹਿਤਕ ਮੈਗਜ਼ੀਨ ਅਤੇ ਕਵਿਤਾਵਾਂ ਐਂਥੋਲੋਜੀਆ ਆਧੁਨਿਕ ਪੰਜਾਬੀ ਕਵਿਤਾਵਾਂ ਨੂੰ ਸਹਿਤਕ ਮੈਗਜ਼ੀਨ ਅਤੇ ਕਵਿਤਾ ਐਂਥੋਲੋਜੀਆ ਵਿੱਚ ਪ੍ਰਸਾਰਿਤ ਕਰਨਾ ਵੀ ਇਹ ਇੱਕ ਜਿਹੜਾ ਹੈਗਾ ਵਾ ਉੱਤਮ ਵਸੀਲਾ ਹੋ ਸਕਦਾ ਹੈ ਇਸੇ ਤਰ੍ਹਾਂ ਕਵਿਤਾ ਦੇ ਰਚਨਕਾਰਾਂ ਨੂੰ ਇੱਕ ਵਿਸ਼ੇਸ਼ ਰਚਨਕਾਰਾਂ ਨੂੰ ਜਿਹੜਾ ਹੈਗਾ ਵਾ ਵਿਸ਼ੇਸ਼ ਮਤਲਬ ਇਸ ਤਰ੍ਹਾਂ ਦਾ ਇਹਨਾਂ ਨੇ ਇੱਥੇ ਤੱਕ ਹੀ ਇਹ ਲਾਈਨ ਹੈਗੀ ਆ ਮਤਲਬ ਆਹ ਤੁਸੀਂ ਇੱਥੇ ਤੱਕ ਹੀ ਲਿਖ ਲਿਓ ਆਹ ਲਾਈਨ ਕੱਟ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਹੈ ਤੀਸਰਾ ਪੁਆਇੰਟ ਤੁਹਾਡਾ ਕੀ ਕਵਿਤਾ ਪ੍ਰਮੋਸ਼ਨ ਕਵਿਤਾ ਦੇ ਰਚਨਕਾਰ ਨੂੰ ਆਪਣੀ ਕਵਿਤਾ ਦੀ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਤੇ ਵਰਤਣ ਅਦੀ ਮਦਦ ਮਿਲਦੀ ਹੈ ਜਿਸ ਨਾਲ ਉਹਨਾਂ ਦੀਆਂ ਕਵਿਤਾਵਾਂ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ ਚੌਥਾ ਹੈ ਕਵਿਤਾ ਸਮਾਗਮ ਆਧੁਨਿਕ ਪੰਜਾਬੀ ਕਵਿਤਾ ਦੇ ਰਚਨਕਾਰਾਂ ਰਚਨਕਾਰ ਵੱਲੋਂ ਆਯੋਜਿਤ ਕਵਿਤਾ ਸਮਾਗਮ ਵੀ ਕਿਤੇ ਜਾਂਦੇ ਹਨ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਅੱਗੇ ਆਪਣਾ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਤਾਂ ਦੇਖੋ ਕੀ ਹੈ ਲੇਖਕ ਨੇ ਲੰਡਨ ਵਾਸੀਆਂ ਦੇ ਆਚਰਣ ਬਾਰੇ ਕੀ ਦੱਸਿਆ ਹੈ ਤਾਂ ਲੇਖਕ ਨੇ ਜਿਹੜਾ ਹੈਗਾ ਵਾ ਲੰਡਨ ਵਾਸੀਆਂ ਦੇ ਆਚਰਣ ਬਾਰੇ ਕੀ ਦੱਸਿਆ ਹੈ ਤਾਂ ਲੰਡਨ ਵਾਸੀਆਂ ਨੂੰ ਖੇਡ ਤਮਾਸ਼ਿਆਂ ਦੇ ਸਰੀਰ ਨੂੰ ਰਿਸਟ ਪੁਸ਼ਟ ਰੱਖਣ ਦਾ ਜਿਹੜਾ ਹੈਗਾ ਵਾ ਬਹੁਤ ਹੀ ਸ਼ੌਕ ਹੈ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜਾ ਹੈਗਾ ਵਾ ਉਹ ਤਮਾਸ਼ੇ ਘਰਾਂ ਅੱਗੇ ਟਿਕਟਾ ਲੈਣ ਬਸਾਂ ਤੇ ਜਿਹੜਾ ਹੈਗਾ ਵਾ ਗੱਡੀਆਂ ਆਦ ਵਿੱਚ ਚੜਨ ਸਮੇਂ ਕਤਾਰ ਬਣਾ ਕੇ ਆਪਣੀ ਵਾਰੀ ਦੀ ਠੀਕ ਹੈ ਆਪਣੀ 바ਰੀ ਦੀ ओडीक ਵਿੱਚ ਖੜੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਉਹ ਹਰ ਰੋਜ਼ ਮੇਲਜੋਲ ਵਿੱਚ ਜਿਹੜਾ ਹੈਗਾ ਵਾ ਮਲੀਨ ਹਾਂਜੀ ਮਲੀਨ ਪਾਸ਼ਾ ਦੀ ਵਰਤੋਂ ਬਿਲਕੁਲ ਬਿਲਕੁਲ ਜਿਹੜਾ ਹੈਗਾ ਉਹ ਨਹੀਂ ਕਰਦੇ ਉਹ ਲੋਕ ਗਾਲਾਂ ਕੱਢਣ ਰਾਹ ਜਾਂਦਿਆਂ ਨੂੰ ਜਿਹੜਾ ਹੈਗਾ ਵਾ ਟਿਚਕਰ ਕਰਨ ਜਾਂ ਫਿਰ ਦੋਸਤੋ ਜਿਹੜਾ ਹੈਗਾ ਖੰਗੂੜੇ ਮਾਰਨ ਖੰਗੂੜੇ ਮਾਰਨ ਤੋਂ ਵੀ ਪਰਹੇਜ਼ ਕਰਦੇ ਹਾਂ ਤਾਂ ਇਹ ਤੁਹਾਡਾ ਜਿਹੜਾ ਹੈਗਾ ਫੁੱਲ ਫਲੇਜ ਅਨਸਰ ਆ ਠੀਕ ਹੈ ਉਸ ਤੋਂ ਬਾਅਦ ਆਪਣਾ ਕੀ ਹੈ ਇਹ ਨਾ ਮਤਲਬ ਦੋ ਪਾਰਟ ਦੇ ਵਿੱਚ ਆ ਪ੍ਰਸ਼ਨ ਮਤਲਬ ਕਿਉਂਕਿ ਫੁੱਲ ਸਕਰੀਨ ਤੇ ਆ ਨਹੀਂ ਪੈ ਸਕਦਾ ਇੱਥੇ ਆ ਇਹਦਾ ਅੱਧਾ ਪਾਰਟ ਜਿਹੜਾ ਹੈਗਾ ਇੱਥੇ ਦਾ ਉਹ ਮੈਂ ਥੱਲੇ ਇੱਥੇ ਕੀਤਾ ਹੋਇਆ ਵਾਦਾ ਠੀਕ ਹੈ ਤਾਂ ਅਗਰ ਕੇ ਸੁਣੋ ਆਪਾਂ ਇਸ ਤਰ੍ਹਾਂ ਰੀਡ ਕੀਤਾ ਜਿਵੇਂ ਮੈਂ ਤੁਹਾਨੂੰ ਰੀਡ ਕਰਾਇਆ ਨਾ ਉਵੇਂ ਹੀ ਤੁਸੀਂ ਇਸ ਨੂੰ ਯਾਦ ਕਰ ਲਵੋ ਅੱਗੇ ਆਪਣਾ ਪ੍ਰਸ਼ਨ ਅਮਰੀਕਾ ਵਿੱਚ ਲੜਕੇ ਜਾਂ ਲੜਕੀ ਦੇ ਜਨਮ ਦੀ ਖੁਸ਼ੀ ਸਮਾਨ ਹੈ ਕਿਵੇਂ ਤਾਂ ਦੇਖੋ ਅਨਸਰ ਕੀ ਹੈ ਦਾ ਲੜਕੇ ਜਾਂ ਲੜਕੀ ਦੇ ਜਨਮ ਤੇ ਖੁਸ਼ੀ ਸਮਾਨ ਹੈ ਦੋਹਾਂ ਨੂੰ ਇੱਕ ਵਤ ਪਾਲਿਆ ਜਾਂਦਾ ਹੈ ਤੇ ਕਿਸੇ ਨਾਲ ਵੀ ਕਿਸੇ ਵੀ ਗੱਲ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਧਕਰਨ ਨਹੀਂ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਅਮਰੀਕਾ ਵਿੱਚ ਹੋ ਗਿਆ ਜੰਗਲ ਨਿਵਾਸੀ ਵਿਆਹ ਕਿਵੇਂ ਕਰਦੇ ਹਨ ਤਾਂ ਦੇਖੋ ਜੰਗਲ ਨਿਵਾਸੀ ਵਿਆਹ ਕਿਵੇਂ ਕਰਦੇ ਹਨ ਅ ਉੱਤਰ ਦੇਖੋ ਇਹਦਾ ਕੀ ਹੈ ਇਹ ਕੱਢ ਦੋ ਉੱਤਰ ਦਿੱਤਾ ਹੈ ਵਿਆਹ ਕਰਾਉਣ ਵਾਲੇ ਕੁੜੀਆਂ ਤੇ ਮੁੰਡੇ ਇੱਕ ਰੁੱਖ ਥੱਲੇ ਇਕੱਠੇ ਹੋ ਜਾਂਦੇ ਹਨ ਅਤੇ ਜਿਹੜਾ ਹੈਗਾ ਵਾ ਝੁੰਡ ਦੇ ਬਾਕੀ ਮਨੁੱਖ ਵੀ ਉੱਥੇ ਆ ਜਾਂਦੇ ਹਨ ਅੱਗੇ-ਅੱਗੇ ਕੁੜੀਆਂ ਭੱਜ ਪੈਂਦੀਆਂ ਹਨ ਤੇ ਪਿੱਛੇ ਮੁੰਡੇ ਜਿਹੜਾ ਮੁੰਡਾ ਜਿਸ ਕੁੜੀ ਨੂੰ ਛੂ ਲਵੇ ਉਸ ਨਾਲ ਉਸ ਦਾ ਜਿਹੜਾ ਹੈਗਾ ਵਾ ਉਹ ਵਿਆਹੀ ਗਈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਆਨਸਰ ਇਹ ਹੋ ਗਿਆ ਅੱਗੇ ਲੇਖਕ ਦੇ ਅਨੁਸਾਰ ਲੰਡਨ ਦੇ ਲੋਕਾਂ ਦਾ ਉਹ ਵਿਹਾਰ ਕਿਹੋ ਜਿਹਾ ਹੈ ਤਾਂ ਦੇਖੋ ਇਹਦਾ ਆਨਸਰ ਕੀ ਹੈ ਲੰਡਨ ਦੇ ਲੋਕਾਂ ਦਾ ਵਿਹਾਰ ਕਿਸ ਤਰ੍ਹਾਂ ਦਾ ਹੈ ਖਾਣਾ ਪੀਣਾ ਅਤੇ ਖੁਸ਼ ਰਹਿਣਾ ਇੱਥੇ ਦੇ ਲੋਕਾਂ ਦਾ ਮੁੱਖ ਧਰਮ ਹੈ ਬਿਨਾਂ ਲੋੜ ਤੋਂ ਨਾ ਬੋਲਣਾ ਕਿਸੇ ਨਾਲ ਜਿਹੜਾ ਹੈਗਾ ਪੱਲਾ ਛੋ ਜਾਣ ਤੇ ਵੀ ਜਿਹੜਾ ਹੈਗਾ ਮਾਫੀ ਮੰਗਣ ਮੰਗਣੀ ਠੀਕ ਹੈ ਜੀ ਚੀਜ਼ ਦਾ ਜਿਹੜਾ ਹੈਗਾ ਮੁੱਲ ਵਧਾ ਕੇ ਨਾ ਦੱਸਣਾ ਲੋੜ ਹੋਵੇ ਤਾਂ ਖਰਚ ਕਰ ਲੈਣਾ ਤੇ ਨਾ ਹੋਣਾ ਤੇ ਮੰਗ ਲੈਣਾ ਝੂਠ ਨਾ ਬੋਲਣਾ ਮਿੱਤਰਤਾ ਸਥਾਪਿਤ ਕਰਨੀ ਵਕਤ ਲੰਗਾਉਣ ਜਾਂ ਫਿਰ ਜਿਹੜਾ ਹੈਗਾ ਗੁਣ ਗ੍ਰਾਂਡ ਕਰਨ ਲਈ ਜਿਹੜਾ ਹੈਗਾ ਵਾ ਹਸਣਾ ਖੇਡਣਾ ਆਦ ਇਹਨਾਂ ਦੇ ਨਿਯਮ ਹਨ ਸਿਨੇਮਾ ਥੀਏਟਰ ਚਿੱਤਰ ਸ਼ਲਾਵਾ ਤੇ ਪੁਸਤਕਾਲੇ ਇਹਨਾਂ ਲੋਕਾਂ ਦੇ ਮੰਦਰ ਹਨ ਅਤੇ ਨਿਤਨੇਮ ਅਖਬਾਰਾਂ ਠੀਕ ਹੈ ਜੀ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਆਨਸਰ ਫੁੱਲ ਫਲਜ ਹੋ ਗਿਆ ਉਸ ਤੋਂ ਬਾਅਦ ਆਪਣਾ ਹੈਗਾ ਦੋਸਤੋ ਕਿਸੇ ਇੱਕ ਸਫਰਨਾਮਾ ਅੰਸ਼ ਦਾ ਸਾਰ ਲਿਖੋ ਰੱਜੀ ਪੁੱਜੀ ਮਿੱਟੀ ਜੋ ਕਿ ਬਲਰਾਜ ਸਹਾਣੀ ਦੀ ਰਚਨਾ ਹੈ ਤਾਂ ਦੋਸਤੋ ਦੇਖੋ ਸਾਰ ਦਾ ਇਸ ਪ੍ਰਕਾਰ ਹੈ ਸਾਰ ਦਾ ਸਾਨੂੰ ਮਟੀਰੀਅਲ ਪ੍ਰੋਪਰ ਤਰ੍ਹਾਂ ਨਹੀਂ ਮਿਲ ਪਾਇਆ ਸਾਰੇ ਕੋਲ ਅਵੇਲੇਬਲ ਨਹੀਂ ਸੀਗਾ ਜਿਵੇਂ ਕਿ ਲੰਡਨ ਅਤੇ ਲੰਡਨ ਦੇ ਲੋਕ ਆ ਦੇਖੋ ਦਿੱਤਾ ਹੋਇਆ ਹੈ ਨਾ ਲੰਡਨ ਅਤੇ ਲੰਡਨ ਦੇ ਲੋਕ ਤੇ ਰੱਜੀ ਪੁੱਟੀ ਰੱਜੀ ਪੁੱਜੀ ਮਿੱਟੀ ਤਾਂ ਦੇਖੋ ਫੋਟੋ ਕਲੀਅਰ ਨਹੀਂ ਹੈਗੀ ਕਿਉਂਕਿ ਸਾਡੇ ਕੋਲ ਪ੍ਰੋਪਰ ਜਿਹੜਾ ਹੈਗਾ ਉਹ ਮਟੀਰੀਅਲ ਅਵੇਲੇਬਲ ਨਹੀਂ ਹੋ ਰਿਹਾ ਸੀਗਾ ਠੀਕ ਹੈ ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ ਜਿਵੇਂ ਕਿ ਲੰਡਨ ਅਤੇ ਲੰਡਨ ਦੇ ਲੋਕ ਸਫਰਨਾਮਾ ਇਹਨਾਂ ਦੀ ਰਚਨਾਵਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਲੰਡਨ ਦੇ ਭੇਤ ਲੰਡਨ ਦਾ ਜਿਹੜਾ ਹੈਗਾ ਇਸ ਸੰਬੰਧੀ ਲਿਖਿਆ ਪੁਸਤਕ ਮਤਲਬ ਦੋਸਤੋ ਕਲੀਅਰ ਨਹੀਂ ਹੈਗੀ ਫੋਟੋ ਅਸੀਂ ਜਿਹੜਾ ਹੈਗਾ ਵਾ ਇਸ ਮਟੀਰੀਅਲ ਨੂੰ ਤੁਸੀਂ ਆਪਣੀ ਬੁੱਕ ਜਿਹੜੀ ਹਾ ਤੇ ਸਾਡੀ ਦਿੱਤੀ ਜੇ ਤੁਸੀਂ ਇੱਥੋਂ ਵੀ ਰੀਡ ਕਰ ਸਕਦੇ ਹੋ ਜਿਵੇਂ ਕਿ ਇਹ ਕਾਫੀ ਵੱਡੇ ਦੇ ਵਿੱਚ ਦਿੱਤਾ ਹੋਇਆ ਹੈ ਵਾ ਲੰਡਨ ਅਤੇ ਲੰਡਨ ਦੇ ਲੋਕ ਲੰਡਨ ਦੇ ਭੇਤ ਤਾਂ ਤੁਸੀਂ ਇਸ ਨੂੰ ਰੀਡ ਕਾਊਟ ਕਰ ਸਕਦੇ ਹੋ ਪੂਰਾ ਲੰਡਨ ਸ਼ਹਿਰ ਦੀ ਜਿੰਦਗੀ ਉੱਤੇ अनेका ਪੁਸਤਕਾਂ ਲਿਖੀਆਂ ਗਈਆਂ ਹਨ ਤੇ ਲਿਖੀਆਂ ਜਾ ਰਹੀਆਂ ਹਨ ਠੀਕ ਹੈ ਤਾਂ ਤੁਸੀਂ ਇਸ ਨੂੰ ਆਪਣੀ ਬੁੱਕ ਦੇ ਵਿੱਚੋਂ ਹੀ ਰੀਡ ਕਰ ਲੈਣਾ ਵਾ ਠੀਕ ਹੈ ਲੰਡਨ ਕੀ ਹੈ ਦੇਖ ਲਓ ਇੱਥੇ ਇਸੇ ਤਰ੍ਹਾਂ ਦੋਸਤੋ ਹੋਰ ਤੁਹਾਡਾ ਲੰਡਨ ਦੇ ਲੋਕਾਂ ਦਾ ਵਿਹਾਰ ਲੰਡਨ ਦੇ ਵਿੱਚ ਖਾਣ ਪੀਣ ਦੀਆਂ ਅਵਸਥਾ ਠੀਕ ਹੈ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਪ੍ਰੋਪਰ ਮਟੀਰੀਅਲ ਟਾਈਮ ਦੀ ਸ਼ਾਰਟੇਜ ਕਰਕੇ ਸਾਡੇ ਕੋਲ ਅਵੇਲੇਬਲ ਨਹੀਂ ਹੋ ਗਿਆ ਠੀਕ ਹੈ ਕਿਉਂਕਿ ਪ੍ਰੋਪਰ ਮਟੀਰੀਅਲ ਟਾਈਮ ਦੀ ਸ਼ਾਰਟੇਜ ਦੇ ਕਰਕੇ ਸਾਡੇ ਕੋਲ ਅਵੇਲੇਬਲ ਨਹੀਂ ਹੋਇਆ ਇਸ ਲਈ ਅਸੀਂ ਜਿਹੜਾ ਹੈਗਾ ਵਾ ਇਹ ਤੁਹਾਡੀ ਬੁੱਕ ਦੇ ਵਿੱਚ ਹੀ ਆ ਤੁਸੀਂ ਇਸ ਨੂੰ ਵੀ ਰੀਡ ਆਊਟ ਕਰ ਸਕਦੇ ਹੋ ਆਪਣੀ ਬੁੱਕ ਤੋਂ ਵੀ ਚਾਹੇ ਤੁਸੀਂ ਇੱਥੋਂ ਰੀਡ ਕਰਨਾ ਇਸ ਨੂੰ ਇੱਥੋਂ ਵੀ ਰੀਡ ਆਊਟ ਕਰ ਸਕਦੇ ਹੋ ਤਾਂ ਆ ਤੁਹਾਡੇ ਲੰਡਨ ਅਤੇ ਲੰਡਨ ਦੇ ਲੋਕ ਦੇ ਬਾਰੇ ਜਿਹੜਾ ਹੈਗਾ ਵਾ ਸਾਰਾ ਠੀਕ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਇੱਥੇ ਆਪਾਂ ਹੋ ਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਡਾ ਇਹ ਲੰਡਨ ਦੇ ਲੋਕ ਤੁਹਾਨੂੰ ਦਿਖਾ ਦਿੱਤਾ ਰੱਜੀ ਪੁੱਜੀ ਮਿੱਟੀ ਇਹ ਤੁਸੀਂ ਆਪਣੇ ਆਹ ਜਿਹੜੇ ਦੋਨੋਂ ਸਾਰ ਨੇ ਆਪਣੇ ਆਪ ਹੀ ਤੁਸੀਂ ਕਰਨੇ ਆ ਆਪਣੀ ਗਾਈਡ ਜਾਂ ਫਿਰ ਜਿਹੜਾ ਹੈਗਾ ਬਾ ਤੁਹਾਡੇ ਕੋਲ ਕੋਈ ਵੀ ਮਟੀਰੀਅਲ ਪਿਆ ਉੱਥੇ ਤੁਸੀਂ ਇਸ ਨੂੰ ਆਪਣੀ ਕਾਪੀ ਜਾਂ ਬੁੱਕ ਤੋਂ ਯਾਦ ਕਰ ਲਵੋ ਠੀਕ ਹੈ ਕਿਉਂਕਿ ਆ ਸਾਡੇ ਕੋਲ ਮਟੀਰੀਅਲ ਅਵੇਲੇਬਲ ਨਹੀਂ ਸੀਗਾ ਜੇ ਫਿਲਹਾਲ ਇਸ ਲਈ ਸੀ ਜਿਹੜਾ ਹੈਗਾ ਬਾ ਇੱਥੇ ਨਹੀਂ ਦੇ पाए ਅੱਗੇ ਦੇਖੋ 8ਵਾਂ ਪ੍ਰਸ਼ਨ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਤਾਂ ਦੇਖੋ ਉਪੋਪਾਸ਼ਾ ਕੀ ਹੁੰਦੀ ਹੈ ਪੰਜਾਬੀ ਦੀਆਂ ਉਪੋਪਹਾਵਾ ਕਿਹੜੀਆਂ-ਕਿਹੜੀਆਂ ਹਨ ਤਾਂ ਦੇਖੋ ਆਨਸਰ ਇਹਦਾ ਉਪਪਛਾਵਾਂ ਤਾਂ ਦੇਖੋ ਕੀ ਹੈ ਉਪਪਛਾਵਾਂ ਕੀ ਨੇ ਤਾਂ ਕਿਸੇ ਭਾਸ਼ਾ ਖੇਤਰ ਦੀ ਬੋਲੀ ਵਿੱਚ ਜਿਹੜੀ ਹੈਗੀ ਇਲਾਕਾਈ ਪਿੰਤਾ ਨਾਲ ਬੋਲ ਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ ਠੀਕ ਹੈ ਤੇ ਬੋਲੀ ਦੇ ਬੋਲ ਚਾਲ ਦੇ ਇਸੇ ਰੂਪ ਨੂੰ ਹੀ ਉਪ ਬੋਲੀ ਕਿਹਾ ਜਾਂਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਲੁਧਿਆਣੇ ਦੀ ਬੋਲੀ ਕੁਝ ਹੋਰ ਆ ਅਮਰੀਕ ਸਰ ਦੇ ਵਿੱਚ ਬੋਲੀ ਕੁਝ ਹੋਰ ਆ ਜਲੰਧਰ ਦੇ ਵਿੱਚ ਮਤਲਬ ਹਰ ਜ਼ਿਲ੍ਹੇ ਦੇ ਵਿੱਚ ਥੋੜੀ ਥੋੜੀ ਬੋਲੀ ਫਰਕ ਪੈ ਜਾਂਦੀ ਹੈ ਠੀਕ ਹੈ ਅਮਰੀਕ ਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਕਪੂਰ ਥੱਲੇ ਦੇ ਵਿੱਚ ਤਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਜਾਓਗੇ ਤਾਂ ਥੋੜੀ ਬਹੁਤ ਬੋਲੀ ਦਾ ਫਰਕ ਪੈਂਦਾ ਹੈ ਤਾਂ ਉਸੇ ਨੂੰ ਉਪਪਾਸ਼ਾ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇਖੋ ਪੰਜਾਬ ਉਪ ਬੋਲੀਆਂ ਜਾਂ ਫਿਰ ਉਪਪਛਾਵਾ ਦੇ ਨਾਂ ਦੇਖੋ ਪੰਜਾਬ ਦੀਆਂ ਉਪਪਛਾਵਾ ਕਿਹੜੀਆਂ-ਕਿਹੜੀਆਂ ਨੇ ਤਾਂ ਮਾਜੀ ਦੁਆਬੀ ਮਲਬਈ ਵਾਦੀ ਪਟੁਹਾਰੀ ਮੁਲਤਾਨੀ ਲੈਂਦੀ ਤੇ ਡੋਗਰੀ ਤਾਂ ਤੁਹਾਡੇ ਇੱਧਰ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਬੋਲੀ ਜਾਂਦੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਦੱਸਣਾ ਤਾਂ ਇਹ ਤੁਹਾਡਾ ਪ੍ਰਸ਼ਨ ਹੋ ਗਿਆ ਅੱਗੇ ਟਕਸਾਲੀ ਪੰਜਾਬੀ ਤੋਂ ਕੀ ਪਾਬ ਹੈ ਟਕਸਾਲੀ ਪੰਜਾਬੀ ਤਾਂ ਦੇਖੋ ਦੋਸਤੋ ਕੀ ਹੈ ਟਕਸਾਲੀ ਪੰਜਾਬੀ ਜਾਂ ਫਿਰ ਟਕਸਾਲੀ ਜਿਹੜਾ ਹੈਗਾ ਵਾ ਇੱਥੇ ਸਾਡੇ ਕੋਲ ਭਾਸ਼ਾ ਵਾ ਟਕਸਾਲੀ ਜਿਹੜੀ ਹੈਗੀ ਇੱਕ ਭਾਸ਼ਾ ਵਾ ਤਾਂ ਇਹ ਸਾਨੂੰ ਮਿਲਿਆ ਵਾ ਟਕਸਾਲੀ ਭਾਸ਼ਾ ਜਾਂ ਟਕਸਾਲੀ ਬੋਲੀ ਦਾ ਆਧਾਰ ਕਿਹੜੀ ਹੈ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਜਿਹੜੀ ਟਕਸਾਲੀ ਭਾਸ਼ਾ ਨੂੰ ਮੰਨਿਆ ਗਿਆ ਹੈ ਤਾਂ ਦੇਖੋ ਇਹਦਾ ਆਨਸਰ ਕੀ ਹੈ ਟਕਸਾਲੀ ਭਾਸ਼ਾ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਹੁੰਦੀ ਹੈ ਜਿਵੇਂ ਕਿ ਪੰਜਾਬ ਪ੍ਰਦੇਸ਼ ਦੀ ਸਾਹਿਤਿਕ ਭਾਸ਼ਾ ਕੇਂਦਰੀ ਪੰਜਾਬ ਅਰਥਾਤ ਮਾਝੇ ਲਾਹੌਰ ਅਤੇ ਮਰੀ ਸਰ ਦੀ ਬੋਲੀ ਮੰਨੀ ਗਈ ਹੈ ਇਹ ਮਾਝੀ ਸਵਾਰੀ ਠੀਕ ਹੈ ਜੀ ਇਹ ਮਾਝੀ ਸਵਾਰੀ ਤੇ ਨਿਮਵਦ ਹੁੰਦੀ ਹੈ ਇਹ ਪ੍ਰਦੇਸ਼ ਦੇ ਲੇਖਕਾਂ ਦੇ ਸਰਕਾਰੀ ਦਫ਼ਤਰਾਂ ਦੀ ਬੋਲੀ ਹੁੰਦੀ ਹੈ ਇਸ ਵਿੱਚ ਹੀ ਅਖਬਾਰਾਂ ਛਪਦੀਆਂ ਹਨ ਅਤੇ ਇਹ ਹੀ ਉਹੀ ਹੀ ਸਿੱਖਿਆ ਦਾ ਮਾਧਿਅਮ ਹੁੰਦੀ ਹੈ ਠੀਕ ਹੈ ਤਾਂ ਸਾਨੂੰ ਜਿਹੜਾ ਹੈਗਾ ਵਾ ਇਹ ਅਨਸਰ ਜਿਹੜਾ ਟਕਸਾਲੀ ਪੰਜਾਬੀ ਤੋਂ ਕੀ ਪਾਵੇ ਸਾਨੂੰ ਮਿਲਿਆ ਵਾ ਟਕਸਾਲੀ ਜਿਹੜਾ ਹੈਗਾ ਵਾ ਇਹ ਵਾਲਾ ਮਿਲਿਆ ਵਾ ਟਕਸਾਲੀ ਭਾਸ਼ਾ ਜਿਹੜੀ ਹੈਗੀ ਆ ਕੀ ਹੁੰਦੀ ਹੈ ਜਿਵੇਂ ਕਿ ਇੱਥੇ ਦੇਖ ਲਓ ਇੱਥੇ ਇਹਨਾਂ ਨੇ ਲਿਖਿਆ ਵੀ ਹੋਇਆ ਸੀਗਾ ਆ ਰਿਆ ਆ ਟਕਸਾਲੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਇਹ ਹੀ ਅਸੀਂ ਤੁਹਾਨੂੰ ਕਰਾਇਆ ਵਾ ਅੱਗੇ ਹੈ ਪੰਜਾਬ ਦੇ ਭਾਸ਼ ਪੰਜਾਬੀ ਭਾਸ਼ਾ ਕਿਹੜੇ-ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਚਰਚਾ ਕਰੋ ਤਾਂ ਦੇਖੋ ਅਨਸਰ ਇਹਦਾ ਪੰਜਾਬੀ ਭਾਸ਼ਾ ਕਿਹੜੇ-ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਬਹੁਤ ਵੱਡੇ ਭਾਈ ਚਾਰੇ ਦੀ ਬੋਲੀ ਹੈ ਇਸ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਭਗ 8 ਕਰੋੜ ਹੈ ਪੰਜਾਬੀ ਬੋਲਣ ਵਾਲੇ ਲੋਕ ਭਾਰਤ ਅਤੇ ਪਾਕਿਸਤਾਨ ਪੰਜਾਬ ਤੋਂ ਬਿਨਾ ਕੈਨੇਡਾ ਅਮਰੀਕਾ ਇੰਗਲੈਂਡ ਜਰਮਨੀ ਸਿੰਗਾਪੁਰ ਮਲੇਸ਼ੀਆ ਸਵਿਡਨ, ਥਾਈਲੈਂਡ, ਅਫਗਾਨਿਸਤਾਨ, ਅਫਰੀਕਾ ਆਦਿ ਦੇਸ਼ਾਂ ਵਿੱਚ ਵਸਦੇ ਹਨ। ਇਸ ਤਰ੍ਹਾਂ ਮਹਾਂਪੰਜਾਬ ਸਰਹੰਦੀ ਸੂਬੇ ਤੋਂ ਲੈ ਕੇ ਦਿੱਲੀ ਤੱਕ, ਤਿੱਬਤ ਤੋਂ ਲੈ ਕੇ ਪਾਕਿਸਤਾਨ ਤੱਕ ਫੈਲਿਆ ਹੋਇਆ ਹੈ ਅਤੇ ਦੂਰ ਦੂਰ ਤੱਕ ਪੇਸ਼ਾਵਰ, ਸ਼੍ਰੀਨਗਰ, ਸ਼ਿਮਲਾ ਤੇ ਬਿਕਾਨੇਰ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਸਾਰਾ ਭਾਰਤੀ ਪੰਜਾਬ ਹਰਿਆਣਾ ਵਿੱਚ ਤਹਿਸੀਲਾ ਵਿੱਚ ਸਰਸਾ ਦਾ ਕਾਫੀ ਹਿੱਸਾ, ਤਹਿਸੀਲ ਫਤਿਹਪੁਰਬਾਦ ਦਾ ਅੱਧਾ ਹਿੱਸਾ ਟੋਹਾਣਾ, ਬਲਾਕ ਸਦਰ ਥਾਣਾ ਅੰਬਾਲਾ ਕੈਥਲ ਤਹਿਸੀਲ ਦਾ ਅਦਾ ਭਾਗ ਤੇ ਕਰਨਾਲ ਦੇ ਕਈ ਪਿੰਡ ਵਿੱਚ ਪੰਜਾਬੀ ਬੋਲੀ ਪੰਜਾਬੀ ਬੋਲਦੇ ਖੇਤਰ ਹਨ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਅੱਗੇ ਆਪਣਾ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਸੱਭਿਆਚਾਰ ਸਮਾਇਆ ਹੋਇਆ ਹੈ ਵਿਚਾਰ ਕਰੋ ਤਾਂ ਦੇਖੋ ਕੀ ਇਹ ਪੰਜਾਬੀ ਸੱਭਿਆਚਾਰ ਤਾਂ ਦੇਖੋ ਪੰਜਾਬੀ ਸੱਭਿਆਚਾਰ ਪੰਜਾਬੀ ਇੰਡੋ ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਹੋਰ ਬਹੁਤ ਸਾਰੀਆਂ ਇੰਡੋ ਜਿਹੜਾ ਹੈਗਾ ਵਾ ਇੰਡੋ ਆਰੀਅਨ ਪਸ਼ਾਵਾਂਗ ਸੰਸਕ੍ਰਿਤ ਤੋਂ ਲਿਆ ਗਿਆ ਹੈ ਇਹ ਖੇਤੇ ਦੀਆਂ ਹੋਰ ਪਛਾਣਾਂ ਜਿਵੇਂ ਕਿ ਹਿੰਦੀ ਅਤੇ ਉਰਦੂ ਨਾਲ ਸਮਨਾ ਜਿਹੜੇ ਹੈਗੇ ਨੇ ਆਪਣੀਆਂ ਸਮਾਨਤਾਵਾਂ ਸਾਂਝੀਆਂ ਕਰਦੀਆਂ ਹਨ ਪਰ ਇਸ ਦੇ ਵੱਖਰੇ ਵੱਖਰੇ ਜਿਹੜੇ ਹੈਗੇ ਧੁਨੀ ਵਿਗਿਆਨ ਸ਼ਬਦਾਵਲੀ ਅਤੇ ਲਿਪੀ ਹਨ ਠੀਕ ਹੈ ਤੇ ਉਸ ਤੋਂ ਬਾਅਦ ਦੇਖੋ ਪੰਜਾਬੀ ਭਾਸ਼ਾ ਤਾਂ ਪੰਜਾਬੀ ਭਾਸ਼ਾ ਸਦੀਆਂ ਪੁਰਾਣੀ ਆਪਣੀ ਅਮੀਰ ਅਤੇ ਸਹਿਤਕ ਪਰੰਪਰਾਵਾਂ ਲਈ ਜਾਣੀ ਜਾਂਦੀ ਇਸ ਦੀ ਲੋਕ ਸਾਹਿਤ ਤੇ ਕਵਿਤਾ ਤੇ ਧਾਰਮਿਕ ਗ੍ਰੰਥ ਦੇ ਭੰਡਾਰ ਨਾਲ ਇੱਕ ਮਜ਼ਬੂਤ ਮੌਖਿਕ ਅ ਅਤੇ ਲਿਖਤੀ ਪਰੰਪਰਾ ਹੈ ਬਾਬਾ ਫਰੀਦ ਬੁੱਲੇ ਸ਼ਾ ਵਾਰਿਸ ਸ਼ਾ ਅਮ੍ਰਿਤਾ ਪ੍ਰੀਤਮ ਵਰਗੇ ਪ੍ਰਸਿੱਧ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਨੇ ਪੰਜਾਬੀ ਸਹਿਤ ਪੰਜਾਬੀ ਸਹਿਤ ਅਮਿੱਟ ਜਿਹੜੀ ਹੈਗੀ ਹੈ ਛਾਪ ਛੱਡੀ ਹੈ ਠੀਕ ਹੈ ਤਾਂ ਇਸ ਨੂੰ ਤੁਸੀਂ ਜਿਹੜਾ ਹੈਗਾ ਕੰਬਾਈਨ ਕਰਕੇ ਲਿਖਣਾ ਵਾ ਇਹਦਾ ਆਨਸਰ ਦੋਸਤੋ ਇਹ ਸਾਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਅਲੱਗ-ਅਲੱਗ ਦੱਸਿਆ ਵਾ ਬਟ ਇਹਦਾ ਤੁਸੀਂ ਜਿਹੜਾ ਹੈਗਾ ਵਾ ਇਹਦੇ ਨਾਲ ਮਿਲਦਾ-ਜੁਲਦਾ ਬਣਾਉਣਾ ਵਾ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਸਮਾਇਆ ਹੋਇਆ ਹੈ ਇਹਦਾ ਕੁਝ ਡਿਫਰੈਂਟ ਅਨਸਰ ਬਣੂਗਾ ਠੀਕ ਹੈ ਤੁਸੀਂ ਇਹ ਵੀ ਆਪਣੇ ਪ੍ਰਸ਼ਨ ਜਿਹੜਾ ਹੈਗਾ ਵਾ ਗਾਈਡ ਦੇ ਵਿੱਚੋਂ ਕਰਨਾ ਵਾ ਠੀਕ ਹੈ ਇਹਦਾ ਪ੍ਰੋਪਰ ਅਨਸਰ ਇਹ ਨਹੀਂ ਬਣ ਰਿਹਾ ਵਾ ਇਹ ਤੁਸੀਂ ਆਪਣੀ ਗਾਈਡ ਜਾਂ ਪੁਸਤਕ ਜਾਂ ਜੋ ਵੀ ਤੁਹਾਡੇ ਕੋਲ ਹੈ ਅਵੇਲੇਬਲ ਤੁਸੀਂ ਉੱਥੋਂ ਹੀ ਇਸ ਨੂੰ ਕਰਨਾ ਵਾ ਠੀਕ ਹੈ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਗੱਲ ਕਰੀ ਤਾਂ ਇੱਥੇ ਕੁਝ ਵੀ ਨਹੀਂ ਬਚਿਆ ਪੂਰਾ ਦਾ ਪੂਰਾ ਪੇਪਰ ਸੀ ਸੋਲਵ ਕਰ ਲਿਆ ਜੋ ਕਿ ਕਲਾਸ 11th ਦਾ ਠੀਕ ਹੈ ਜੀ ਇਲੈਕਟਿਵ ਪੰਜਾਬੀ ਯਾਨੀ ਕਿ ਚੋਣਵੀ ਪੰਜਾਬੀ ਦਾ ਪੇਪਰ ਸੀਗਾ ਪੂਰਾ ਹੱਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ 올 द बेस्ट ਤੁਹਾਡੇ ਐਗਜ਼ਾਮ